ਲੰਮੀ ਨਦੀ ਕਸ਼ਮੀਰ ਦੀਏ ਵੋ ਤਾਨ ਦੇ ਲੋਕੋ ਸਾਰੀ ਗੱਲ ਤਕਦੀਰ ਦੀਏ ਵੋ ਤਾਨ ਅਸਲਾਮ ਵਾਲੇਕੁਮ ਬਬਲੀ, ਕੀ ਹਾਲ ਹੈ ਸੋ ਸਾਰਿਆਂ ਨਾਲ? ਠੀਕ ਠਾਕ ਹੋ? ਮੈਂ ਚੌਧਰੀ ਅਨੀਸ, ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਅਨੀਸ ਸਕੁਆਡ। ਇਸ ਟਾਈਮ ਪਬਲਿਕ ਮੈਂ ਮੌਜੂਦ ਹਾਂ ਪਲਾਕਾ, ਔਰ ਜਿਸ ਤਰ੍ਹਾਂ ਕਿ ਤੁਸੀਂ ਪਤਾ ਕਿ ਕਣਕਣਾ ਜ਼ਿਲ੍ਹਾ ਵੀ ਸੀਜ਼ਨ ਅਸ਼ਨਾ ਵਾ, ਜ਼ਿਲ੍ਹਾ ਲੋਕ ਨਹੀਂ ਰਹਿਣੇ ਜਾਂ ਜ਼ਿਲ੍ਹਾ ਇੰਨੇ ਕੱਟ ਰਹੇ ਨੇ, ਮੈਂ ਲਾਜ਼ਮੀ ਤੁਹਾਨੂੰ ਵੀਡੀਓ ਬਣਾਉਣਾ ਹੋਣਾ। ਔਰ ਪਿਛਲੇ ਸਾਲ ਅਗਰ ਤੁਹਾਨੂੰ ਯਾਦ ਹੈ, ਜਿਹੜੇ ਸ਼ੁਰੂ ਤੋਂ ਜਿਹੜੀ ਪਬਲਿਕ ਮੀ ਤੱਕਣੀ ਆ, ਅਸਾਂ ਇੱਥੇ ਆਏ ਸਾਂ ਜ਼ਿਲ੍ਹਾ ਕਟਾਈ ਹੋਣੀ ਪਈ ਸੀ, ਠੀਕ ਹੈ? ਬਸ ਹਾਲੀ ਜਿਹੜਾ ਟਾਈਮ ਹੈ ਉਹ ਚੇਂਜ ਹੋ ਗਿਆ ਵਾ, ਬਾਕੀ ਮੈਂ ਵੀ ਕਾਫੀ ਜ਼ਿਆਦਾ ਚੇਂਜ ਹੋ ਗਿਆ। ਤੁਸੀਂ ਪਤਾ ਕਿ 2 ਸਾਲ ਪਹਿਲੇ ਵੀ ਅਸਾਂ ਇੱਥੇ ਅਸ਼ਨੇ ਰਹੇ ਹਾਂ, ਕਿਉਂਕਿ ਇਹ ਜਿਹੜਾ ਮਾਹੌਲ ਹੈ ਨਾ ਕਾਫੀ ਜ਼ਿਆਦਾ ਕੁਦਰਤੀ ਜਾ ਵਾ, ਔਰ ਖਾਸ ਕਰੀ ਸਾਰਿਆਂ ਜ਼ਿਆਦਾ ਜਿਹੜੀਆਂ ਮਸ਼ੀਨਾਂ ਨਾ ਉਹ ਇੱਧਰ ਲੱਗਣੀਆਂ, ਕਿਉਂਕਿ ਇਹ ਪੂਰਾ ਜਿਹੜਾ ਏਰੀਆ ਨਾ, ਪੂਰਾ ਇਸ ਸਾਈਡ ਜਿਹੜਾ ਪਲਾਕ ਹੈ, ਇਹ ਸਾਰਾ ਸਾਈਂ ਸਿੰਘ ਨੂੰ ਖੇਤ ਹਨ ਕਣਕਾਂ। ਸੋ ਆਏ ਨੇ ਵਲੋਗ ਨੇ ਅੰਦਰ ਇਨਸ਼ਾਅੱਲਾ ਤਾਲਾ ਅਸੀਂ ਦੱਸਣੇ ਜੁੜੇ ਹਾਂ ਫੁੱਲ ਦੇਸੀ ਜਿਹਾ ਮਾਹੌਲ। ਔਰ ਮੈਂ ਉਮੀਦ ਹੈ ਇਹ ਜੀ ਵੀਡੀਓ ਤੋਂ ਪਹਿਲੇ ਨਾ ਤਾਂ ਕਿ ਤੁਸੀਂ ਕਾਫੀ ਵੀਡੀਓਜ਼ ਵਗੈਰਾ ਤਾਂ ਕਿ ਉਸ ਗੰਦਮ ਨਹੀਂ ਕਟਾਈ ਨਹੀਂ ਵਗੈਰਾ, ਠੀਕ ਹੈ, ਕਣਕਾਂ ਪੱਕੀ ਗਈਆਂ, ਲੇਕਿਨ ਇਹ ਜਿਹੜੀ ਵੀਡੀਓ ਸੀ ਨਾ ਕਾਫੀ ਜ਼ਿਆਦਾ ਯੂਨੀਕ ਹੋ ਸੀ, ਇੱਕ ਨਵੇਂ ਅੰਦਾਜ਼ ਨੇ ਅੰਦਰ ਤੁਸੀਂ ਦੱਸਾਂ ਇਨਸ਼ਾਅੱਲਾ ਫੁੱਲ ਦੇਸੀ ਮਾਹੌਲ। ਔਰ ਅੱਜ ਕੱਲ੍ਹ ਕਿਸ ਤਰ੍ਹਾਂ ਲੋਕ ਕਣਕਾਂ ਕੱਪੜੇ ਨੇ, ਔਰ ਕਿਆ ਕੁਝ ਮਾਹੌਲ ਮਾਸ਼ਰਾ ਹੋਣਾ, ਔਰ ਪਹਿਲੇ ਕਿਸ ਤਰ੍ਹਾਂ ਕੱਪੜੇ ਹੋਣੇ ਹੋਣੇ ਸਨ, ਉਹ ਇਨਸ਼ਾਅੱਲਾ ਮੈਂ ਤੁਹਾਨੂੰ ਦੱਸਾਂ। ਔਰ ਜਿੰਨਾ ਜਦ ਤੱਕ ਸਾਡੇ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਕੇ ਰਿਕੁਐਸਟ ਹੈ ਕਿ ਸਾਡੇ ਚੈਨਲ ਕੀ ਸਬਸਕ੍ਰਾਈਬ ਕਰੀ ਨੋ, ਔਰ ਇਸ ਵੀਡੀਓ ਕੀ ਲਾਈਕ ਲਾਜ਼ਮੀ ਕਰੇ। ਸ਼ੁਰੂ ਕਰਨੇ ਆ ਅੱਜ ਇੰਟਰਸਟਿੰਗ ਵੀਡੀਓ। ਪਬਲਿਕ ਕਹਿ ਤੱਕ ਹੀ ਰਹੇ ਹੋ, ਉਹ ਮਸ਼ੀਨ ਜਨਾਬੇ ਵਾਲਾ ਲੱਗੀ ਵੀ ਹੈ, ਔਰ ਇਹ ਜਿਹੜੀ ਮਸ਼ੀਨ ਲਿਆਉਣਾ ਨਾਲ ਕੱਪੜੀ ਵੀ ਆ, ਔਰ ਨਾਲ ਹੀ ਗੱਡੇ ਬਣਾਈਦਾ, ਇਹ ਛੋੜਨੀ ਪਈ ਆ, ਠੀਕ ਹੈ? ਇਸਨੇ ਇੱਕ ਤਾਂ ਟਾਈਮ ਕਾਫੀ ਜ਼ਿਆਦਾ ਬਚਣਾ, ਦੂਆ ਨੰਬਰ ਆ ਸੋ ਅੱਜ ਤੱਕ ਹੀ ਸਿੱਖਣੇ ਹੋ ਇਹ ਗੱਡੇ ਤੱਕਣੇ ਪਏ ਹੋ, ਇਹ ਇਸ ਮਸ਼ੀਨਾਂ ਬਣਾਏ ਮੈਂ। ਸੋ ਇਹ ਸੀਜ਼ਨ ਕੁਝ ਤਕਰੀਬਨ ਸਾਰੇ ਲੋਕ ਕਣਕਾਂ ਕੱਪੀ ਚੁੱਕੇ ਨੇ, ਔਰ ਇਹ ਵੀ ਤੱਕਣੇ ਹੋ ਕਿ ਇਹ ਵੀ ਲੱਗਣਾ ਕਿ ਇਸਾ ਕੱਪੀ ਵੀ ਆ, ਇਸ ਸਾਈਡ ਤੋਂ ਤੱਕਣੇ ਪਏ ਹੋ। ਇਹ ਜਨਾਬ ਗੱਡੇ ਬਣਾਈ ਦਾ ਰੱਖੇ ਹੋਏ ਨੇ, ਇਸ ਮਸ਼ੀਨ ਹੈ ਆਟੋਮੈਟਿਕਲੀ ਕੱਪੀ, ਅਤੇ ਨਾਲ ਇਸਨੇ ਵਿੱਚ ਇਹ ਧਾਗਾ ਹੋਣਾ ਵੈ, ਇਹ ਧਾਗਾ ਤਾਂ ਕੀ ਰਿਹੋ, ਇਹ ਜਨਾਬ ਇੱਥੇ ਬੰਨੀ ਰੱਖੀ ਹੋਣੀ ਆ, ਇਹ ਤਾਂ ਕੀ ਰਿਹਾ ਜਨਾਬ? ਤਕਰੀਬਨ ਮੈਂ ਆਏ ਹੋ ਅੱਜ ਅੱਧਾ ਘੰਟਾ ਵੀ ਨਹੀਂ ਹੋਇਆ, ਔਰ ਅੱਧੇ ਘੰਟੇ ਨੇ ਅੰਦਰ ਤਕਰੀਬਨ ਇਹ ਸਾਰੀ ਜਿਹੜੀ ਕਣਕ ਹੈ ਨਾ ਇਸ ਮਸ਼ੀਨ ਹੈ ਇਹ ਕੱਪੀ ਉੜੀ ਆ। ਸੋ ਆਪੇ ਅੰਦਾਜ਼ਾ ਲੈ ਸਕਦੇ ਹੋ ਕਿ ਇਹ ਮਸ਼ੀਨ ਕਿਤਨਾ ਜ਼ਿਆਦਾ ਟਾਈਮ ਬਚਾਉਣੀ ਹੈ, ਉਸ ਨੇ ਬਾਅਦ ਮਜ਼ਦੂਰਾਂ ਹੁਣ ਮਜ਼ਦੂਰ ਹੈ ਤਕਰੀਬਨ ਕਿਤਨੀ ਬੜੀ ਕਣਕ ਹੈ, ਅਗਰ ਸੋ ਆਪੇ ਅੰਦਾਜ਼ਾ ਲਓ ਤਕਰੀਬਨ ਅਸੀਂ 1.5 ਜਾਂ 2 ਦਿਹਾੜੇ ਅਸੀਂ ਲਾਉਣਾ, ਇਸ ਤਕਰੀਬਨ ਅੱਧੇ ਘੰਟੇ ਦੇ ਅੰਦਰ ਇਹ ਸਾਰਾ ਕੋਈ ਕੱਪੀ ਉੜਿਆ ਵਾ। ਜਸਟ ਇਸ ਕੀ ਫਿਰਨੇ ਜਨਾਬ, ਹੁਣੇ ਤਾਂ ਕੀ ਰਿਹਾ ਹੋਣਾ, ਇਹ ਟਾਇਰ ਲੱਗੇ ਹੋਏ ਨੇ, ਅਸੀਂ ਫਿਰ ਸਨ ਕੱਪੀ ਦੇ ਇੱਥੇ ਗੱਡੇ ਜਿਹੜੇ ਨੇ ਉਹ ਸੱਟੀ ਹੋਣੀ ਆ, ਗੱਡੇ ਵੀ ਆ ਤਕਣੀ ਤਰਤੀਬ ਵਾਇਜ਼ ਸਾਰੇ ਲੱਗੇ ਹੋਏ, ਔਰ ਬੰਨੀ ਵੀ ਦੇਖੋ ਕਿੰਨਾ ਜ਼ਬਰਦਸਤ ਹੈ। ਸੋ ਇਹ ਸੀਜ਼ਨ ਇੱਥੇ ਮਸ਼ੀਨ ਲੱਗੀ ਹੋਈ ਆ, ਔਰ ਇਸਨੇ ਬਾਅਦ ਹੁਣ ਚਲਸਾ ਜਿਹੜੀ ਮਸ਼ੀਨ ਦਾਣੇ ਕੀ ਅਲੱਗ ਕਰਨੀ ਹਨ ਉਹ ਵੀ ਮੈਂ ਤੁਹਾਨੂੰ ਦੱਸਣਾ ਆ ਕਿ ਉਹ ਕਿਹੋ ਜਿਹੀ ਆ, ਔਰ ਖਾਸ ਕਰੀ ਕੁਝ ਗੱਲਾਂ ਹੋ ਸਨ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਾਂ, ਪਹਿਲੇ ਕਿਸ ਤਰ੍ਹਾਂ ਮਾਹੌਲ ਹੋਣਾ ਸੀ, ਅੱਜ ਕੱਲ੍ਹ ਦਾ ਸਾਰਾ ਕੁਝ ਲੇਟੈਸਟ ਹੋਈ ਜਾਣ, ਉਹ ਉਸਨੇ ਬਾਰੇ ਮੈਂ ਤੁਹਾਨੂੰ ਦੱਸਾਂ। ਅੱਛਾ ਜੀ, ਅਸਾਂ ਮਜ਼ੀਦ ਥੋੜ੍ਹਾ ਮੰਗਲਾ ਡੈਮ ਵਾਲੀ ਸਾਈਡ ਆਈ ਗਏ, ਔਰ ਜਿਸਾ ਕਿਸੇ ਪਤਾ ਕਿ ਮੰਗਲਾ ਡੈਮ ਵੀ ਕਾਫੀ ਤੇਜ਼ੀ ਨਾਲ ਚੱਲਣਾ ਪਿਆ, ਔਰ ਲੋਕ ਜਿਹੜੇ ਤਾਵਲਾ ਨਾਪ ਜਿਹੜੇ ਕਣਕਾਂ ਨੂੰ ਕੱਪੜੇ ਪਏ, ਇਸ ਸਾਈਡ ਬੈਗ ਨੂੰ ਬੜਾ ਕਰ ਸਕੋ ਕਿ ਮਸ਼ੀਨ ਜਨਾਬ ਲੱਗੀ ਵੀ ਹੈ, ਔਰ ਪੋ ਵਗੈਰਾ ਉਹ ਅੱਗੇ ਤੱਕ ਹੋ ਕੇ ਉਹ ਦਿਖਣਾ ਪਿਆ, ਔਰ ਖਾਸ ਕਰੀ ਦਾਣੇ ਜਿਹੜੇ ਨੇ
ਇਹ ਤਰੀਕਾ ਮੈਂ ਦੱਸਣਾ, ਵੈਸੇ ਅਕਸਰ ਲੋਕਾਂ ਪਤਾ ਹੀ ਸੀ, ਲੇਕਿਨ ਇਹ ਮੈਂ ਦੱਸਣਾ ਕਿ ਇਹ ਕਿਆ ਚਾਹੁੰਦਾ ਮੈਂ। ਅੱਛਾ ਜੀ, ਪਬਲਿਕ ਕਿਸਾਨਾਂ ਮੌਜੂਦ ਨੇ, ਕਿੱਥੇ ਹਾਲ ਹੈ? ਠੀਕ ਹੋ? ਖਰੀਦ ਠੀਕ ਠਾਕ, ਠੀਕ ਹੈ ਨਾ? ਅੱਲਾ ਦਾ ਸ਼ੁਕਰ ਹੈ। ਮਸ਼ੀਨ ਜਿਹੜੀ ਲਾਈ ਵੀ ਹੈ, ਤੁਸੀਂ ਲਾਈ ਵੀ ਹੈ? ਜੀ ਹਾਂ, ਮੈਂ ਲਾਈ ਵੀ ਹੈ। ਅੱਛਾ ਅੱਛਾ, ਇਸ ਨਾਲ ਕਿਆ ਕੋਈ ਨਿਜ਼ਾਮ ਹੈ ਅੱਜ ਕੱਲ੍ਹ, ਕਿਆ ਕੋਈ ਰੇਟ ਹੈ? ਇਸ ਨਾਲ ਅੱਜ ਕੱਲ੍ਹ ਰੇਟ ਹੈ 5000 ਮੈਂ ਇਨਸ਼ਾਅੱਲਾ ਸਾਰੀ ਜ਼ਿੰਦਗੀ ਸਨ 86 ਟਰੈਕਟਰ ਚਲਾਉਣਾ ਸ਼ੁਰੂ ਕੀਤਾ ਸੀ, ਅੱਜ ਤੱਕ ਪਬਲਿਕ ਡੀਲਿੰਗ ਪਬਲਿਕ ਖਿਦਮਤ ਕੀਤੀ ਹੈ, ਤਾਂ ਰਿਜ਼ਕ ਹਲਾਲ ਕਮਾਇਆ ਆ, ਤਾਂ ਇਨਸ਼ਾਅੱਲਾ ਅੱਗੇ ਵੀ ਕੋਸ਼ਿਸ਼ ਕਰਦਾ ਰਿਜ਼ਕ ਹਲਾਲ ਕਮਾਉਣੇ ਨੇ। ਜਿਹੜਾ ਕੋਈ ਮਸਕੀਨ ਗਰੀਬ ਬੰਦਾ ਵਾ, ਤਾਂ ਕੋਈ ਨਹੀਂ, ਮੈਂ ਉਸ ਨੂੰ ਮੁਫ਼ਤ ਵੀ ਕੰਮ ਕਰੀ ਛੋੜਾਂ, ਤਾਂ ਕੋਈ ਨਹੀਂ, ਅੱਲਾ ਵਾਰਿਸ ਹੈ। ਘੰਟੇ ਨਾਲ ਵੀ ਹਿਸਾਬ ਹੈ, ਠੇਕੇ ਨਾਲ ਵੀ ਹਿਸਾਬ ਹੈ, ਤਾਂ ਹਰ ਬੰਦੇ ਨੇ ਕੀ ਚਾਹੀਦਾ ਕਿ ਰਿਜ਼ਕ ਹਲਾਲ ਕਮਾਈ ਦਾ ਖਾ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅੱਲਾਹ ਤਾਲਾ ਹਰ ਬੰਦੇ ਕੀ ਪਛਾਦਾ ਰਹਿ ਸਕਦਾ ਹੈ, ਕਿਸੇ ਨੇ ਤਫੈਲ ਅਸਾਂ ਕੀ ਵੀ ਦੈ, ਤਾਂ ਇਸੇ ਗੱਲ ਨਹੀਂ ਇਜਾਜ਼ਤ ਨਾਲ ਇੱਕ ਮੈਂ ਤੁਸਾਂ ਕੀ ਸ਼ੇਅਰ ਪੇਸ਼ ਕਰਨਾ ਆ। ਉਹ ਜਨਾਬ ਤੁਸਾਂ ਜ਼ੇਰੇ ਹੋਰ ਕਰਿਆ, ਬਿਲਕੁਲ ਉਹ ਸ਼ਹਿਰ ਕਹਿੰਦਾ ਹੈ ਕਿ ਹਰ ਇੱਕ ਬੰਦਾ ਆਖਰੀ ਦਮ ਤੱਕ ਕੋਸ਼ਿਸ਼ ਕਰਦਾ, ਚਾਹਵਾਂ ਦੇ ਨਾਲ ਖੇਡ ਪਿਆਰ ਦੀ ਕੋਈ ਨਹੀਂ ਹਾਰਦਾ, ਜਿਹੜਾ ਸੂਰਜ ਚੜਿਆ ਉਹਨੂੰ ਲੈਣਾ ਹੁੰਦਾ ਏ, ਵਿੱਚ ਮੈਦਾਨ ਦੇ ਪਈਏ ਦੋਵਾਂ ਨੂੰ ਇੱਕ ਨੂੰ ਕਹਿਣਾ ਪੈਂਦਾ। ਪਾਸਪੋਰਟ ਵੀ ਬਣ ਜੂਗਾ ਨਹੀਂ ਵਾਲੀ ਟੈਨਸ਼ਨ ਜੀ, ਪਰ ਲੱਗਣੀ ਬਹੁਤ ਜ਼ਰੂਰੀ ਹੈ ਬੇਬੇ ਦੀ ਪੈਨਸ਼ਨ ਜੀ, ਪਰ ਲੱਗਣੀ ਬਹੁਤ ਜ਼ਰੂਰੀ ਹੈ ਬੇਬੇ ਦੀ ਪੈਨਸ਼ਨ ਜੀ। ਕੰਮ ਨਹੀਂ ਕਰਦਾ ਬੜਾ ਸਾਡਾ ਸਰਪੰਚ ਨੇ ਕਰਾਏ,
ਚਾਚਾ ਮੇਰੀ ਇੱਕ ਹੋਰ ਗੱਲ ਦੱਸਣਾ ਜੋ ਤੁਸਾਂ ਮਾਸ਼ਾਅੱਲਾ ਕਿੰਨੀ ਉਮਰ ਹੈ ਸੋਣੀ ਸ਼ਨਾਖਤੀ ਕਾਰਡ ਨੇ ਲਿਹਾਜ਼ ਨਾਲ ਮਾੜੀ 1973 ਨਹੀਂ ਪੈਦਾ ਸ਼ਾਇਦ ਅੱਗੇ ਰੱਬ ਹੀ ਜਾਣਨਾ ਆ ਬਾਈ ਕਿੰਨੇ ਸਾਲਾਂ ਨੇ ਲੇਕਿਨ ਸਭ ਪੁਰਾਣਾ ਦੌਰ ਜਿਹੜਾ ਉਹ ਤੱਕਿਆ ਆ ਪੁਰਾਣਾ ਦੌਰ ਮੈਂ ਤੱਕਿਆ ਆ ਜਨਾਬ ਮੈਂ ਮਾਸ਼ਾਅੱਲਾ ਸਨ 84 ਚ ਮੇਰੇ ਬਜ਼ੁਰਗਾਂ ਟਰੈਕਟਰ 0 ਮੀਟਰ ਕੋਪਣੀ ਚੋਂ ਕਢਾਇਆ ਸੀ ਅਲਗਾ ਸੀ ਕੋਪਣੀ ਸ਼ੇਹੂਪੁਰਾ ਚੋਂ ਅੱਛਾ ਠੀਕ ਹੈ ਉਸ ਵੇਲੇ ਸਾਡੇ ਇਲਾਕੇ ਜ਼ਿਲ੍ਹਾ ਕੋਟਲੀ ਵੀ ਟਰੈਕਟਰ ਕੋਈ ਨਹੀਂ ਸੀ ਆਉਣਾ ਠੀਕ ਹੈ ਉਸ ਵੇਲੇ 3 ਰੁਪਏ ਲੀਟਰ ਡੀਜ਼ਲ ਸੀ ਤਾਂ 60 ਰੁਪਏ 30 ਰੁਪਏ ਕੇ ਰੇਟ ਸੀ ਘੰਟਾ ਬਾੜੀ ਨਾਲ ਅੱਛਾ ਮੈਂ ਉਸ ਦੌਰ ਨਾਲ ਟਰੈਕਟਰ ਇਸ ਵੇਲੇ ਤਿਕਰੀ ਚਲਾਉਣਾ ਆ ਤਾਂ ਅੱਜ ਵੀ ਉਸ ਖੁਦਾ ਨਾ ਕਰਮ ਤਾਂ ਬਜ਼ੁਰਗਾਂ ਨੇ ਦਵਾਵਾਂ ਨਾਲ ਮਿਗੀ ਜਨਾਬ ਮੇਰੀਆਂ 3 ਟਰੈਕਟਰ ਆਪਣੇ ਜ਼ਾਤੀ ਆਪਣੇ ਮਾਸ਼ਾਅੱਲਾ 3 ਥ੍ਰੈਸ਼ਰ ਆਈਆਂ ਯਾਨੀ ਇਹ ਜ਼ਿੰਮੇਦਾਰਾਂ ਥਰੂ ਆਊਟ ਮਸ਼ੀਨਰੀ ਮਾੜੀ ਆਪਣੀ ਹੈ ਇਹ ਥ੍ਰੈਸ਼ਰ ਮੈਂ ਜਿਹਨੂੰ ਨਵੀਂ ਆਉਂਦੀ ਹੈ 2024 ਮਾਡਲ ਕਿੰਨੇ ਨੀ ਤਕਰੀਬਨ 9.5 ਲੱਖ ਰੁਪਏ ਨੀ ਮਿਲੀ 9.5 ਲੱਖ ਨੀ ਜਿਹੜੀ ਮਸ਼ੀਨ ਹੈ ਖਾਲੀ ਮਸ਼ੀਨ ਮਿਗੀ ਘਰ ਆਣੀ ਦਾ ਪੈ ਜਾ ਕਾਫੀ ਜ਼ਿਆਦਾ ਜਨਾਬ ਮਹਿੰਗੀ ਹੈ ਔਰ ਘੰਟੇ ਨਾਲ ਤਕਰੀਬਨ 5000 ਕਿੰਨੇ ਔਰ ਵੀ ਦੱਸੋ ਜਦੀਦ ਸਿਸਟਮ ਹੁਣ ਇਸ ਵੇਲੇ ਹੈਵੀ ਮਸ਼ੀਨਰੀ ਜਿਹੜੀ ਘੋੜੀ ਉਹ ਨੇਜ਼ਾ ਪੱਟਣੀ ਹੈ ਜਿਹੜੀ ਠੀਕ ਹੈ ਲੰਗੜੀ ਘੋੜੀ ਮੈਦਾਨ ਵਿੱਚ ਨੇਜ਼ਾ ਨਹੀਂ ਪੱਟੀ ਸਕਣੀ ਹੁਣ ਦੁਨੀਆ ਕੰਮ ਨਹੀਂ ਹੈ ਸਾਥੀ ਹੈ ਝਮਣੀ ਸਾਥੀ ਨਹੀਂ ਬਿਲਕੁਲ ਚੰਗਾ ਕੰਮ ਕਰਸੋ ਅੱਛਾ ਇਖਲਾਕ ਪੈਦਾ ਕਰਸੋ ਤੇ ਹਰ ਬੰਦਾ ਕਾਮਣ ਵੀ ਕਰਸੀ ਤੇ ਹਰ ਬੰਦਾ ਲੋੜ ਸੀ ਵੀ ਬਿਲਕੁਲ ਸਾਰੀ ਜ਼ਿੰਦਗੀ ਅਸਾਂ ਨੇ ਇਹੀ ਲਾਈਫ ਰਹੀ ਹੈ ਤੇ ਆਪਣੇ ਮਉ ਪਿਉ ਨੀਆਂ ਦਵਾਵਾਂ ਨਾਲ ਸਭ ਸਿਲ ਆਇਆ ਮੈਂ ਇੱਕ ਗੁਨਾਹਗਾਰ ਔਰ ਖਾਕਸਾਰ ਆਦਮੀ ਮਸਕੀਨ ਆ ਠੀਕ ਮੈਂ ਇੱਕ ਹੋਰ ਗੱਲ ਦੱਸਾਂ ਦੱਸਣਾ ਚੋ ਇਹ ਬਾੜੀ ਸੁਧਕਨੇ ਪਏ ਹੋ ਇਹ ਤਕਰੀਬਨ ਕਿੰਨੇ ਦੇਰ ਨੇ ਅੰਦਰ ਕੱਪੀ ਦਾ ਲੋਕ ਇਹ ਸਾਰਾ ਦਾਣੇ ਛਾਣੇ ਅਲੱਗ ਕਰੀ ਸਕਣੇ ਇਹ ਜਨਾਬ ਇਹ ਕੱਪਣਾ ਦਾ ਵੈਪਰ ਹੀ ਆ ਦਾ ਵੈਪਰ ਇਸ ਵੇਲੇ ਵਿਗੇ ਵੀ ਤਕਰੀਬਨ ਹੀ ਆ 30-35 ਮਿੰਟ ਲਾਣਾ ਆ ਅੱਛਾ 40 ਮਿੰਟ ਉਹ ਸਾਰੀ ਕੱਟੀ ਵੀ ਗੰਦਮ ਕਿੰਨੀ ਦੇਰ ਵਿੱਚ ਇਹ ਸਾਰਾ ਸਿਸਟਮ ਹੋ ਜਾਣਾ ਤਕਰੀਬਨ ਹੋ ਹੀ ਜਾਣਾ ਆ ਕੋਈ 4-4.5 ਘੰਟੇ ਵਿੱਚ 4-4.5 ਘੰਟੇ ਇਹ ਹੈ ਪੁਰਾਣੇ ਦੌਰ ਵਿੱਚ ਅਗਰ ਤੱਕਿਆ ਜਾਏ ਪੁਰਾਣੇ ਦੌਰ ਵਿੱਚ ਕਿੰਨੇ ਲੋਕ ਟਾਈਮ ਲਾਣੇ ਹੁੰਦੇ ਸਨ ਪੁਰਾਣੇ ਦੌਰ ਵਿੱਚ ਅਗਰ ਤੱਕਿਆ ਜਾਏ ਤਾਂ ਇਹ ਜਿਹੜਾ ਕੰਮ ਹੋਈ 4-4.5 ਘੰਟੇ ਵਿੱਚ ਹੋਣਾ ਉਸ ਵੇਲੇ ਇਹ ਕੰਮ ਹੋਣਾ ਸੀ ਮਹੀਨੇ ਨੇ ਉੱਪਰ ਦਾ ਪੂਰਾ ਗਰਾਂ ਫਾ ਲਗਾ ਰਹਿਣਾ ਸੀ ਹਰ ਬੰਦੇ ਨਾਲ ਕੰਮ ਕਰਨੇ ਦਾ ਸੜਕਾਂ ਕਪੜੇ ਹਾਸੇ ਬਿਲਕੁਲ ਤਾਂ ਹੁਣ ਇਸ ਵੇਲੇ ਮਸ਼ੀਨਰੀ ਆ ਜਦੀਦ ਸਿਸਟਮ ਆ ਸਹੂਲਤਾਂ ਹੀ ਆ ਲੇਕਿਨ ਜਣੇ ਲੱਕਾਂ ਵਿੱਚ ਗਾਡਰ ਬਣ ਕੇ ਉਹਨਾਂ ਨੇ ਅਖਰਾਜਾਤ ਵਧੀਏ ਉਹ ਪੈਸੇ ਕਮਾਉਣ ਦਾ ਜ਼ਰੂਰਤਾਂ ਪੂਰੀਆਂ ਕਰਨ ਬਿਲਕੁਲ 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 ਇੱਕ ਹੋਰ ਗੱਲ ਮੈਂ ਦੱਸਣਾ ਜਿਲਾ ਪਹਿਲੇ ਪਹਿਲੇ ਦੌਰ ਵਿੱਚ ਲੋਕ ਬਹੁਤ ਹੀ ਸਿਹਤਮੰਦ ਹੋਣੇ ਸਨ ਇਹ ਕਣਕਾਂ ਉਹਨਾਂ ਨੇ ਕੱਖ ਵੀ ਨਹੀਂ ਸਨ ਲੇਕਿਨ ਅੱਜ ਕੱਲ੍ਹ ਦੌਰ ਵੀ ਤੱਕਿਆ ਜਾਏ ਖਾਸ ਕਰੀ ਅਸਾਂ ਜਿਹੜੇ ਬੱਚੇ ਆ ਯੰਗ ਜਨਰੇਸ਼ਨ ਉਹਨਾਂ ਕੋਲੋਂ ਜ਼ਰਾ ਕੰਮ ਨਹੀਂ ਹੋਣਾ ਇਹ ਗੱਲ ਹੈ ਔਰ ਇਸ ਮਾਰੇ ਹੁਣ ਜਿਹੜੀ ਮਸ਼ੀਨਰੀਆਂ ਨੇ ਆਈ ਹੈ ਪਹਿਲੇ ਦੌਰ ਨੇ ਲੋਕ ਸਨ ਉਹ ਦੇਸੀ ਅਖਰਾਕ ਖਾਣੇ ਸਨ ਜਨਾਬ ਮੱਕੇ ਨਹੀਂ ਰੋਟੀ ਤਾਂ ਦੁੱਧ ਤਾਂ ਦਹੀਂ ਤਾਂ ਲੱਸੀ ਤਾਂ ਅੱਜ ਕੱਲ ਸਵੇਰਾ ਜਿਹੜੇ ਯੰਗ ਬੱਚੇ ਨੇ ਜਨਾਬ ਆਮਲੇਟ ਖਾਣੇ ਹਨ ਫਲਾਣੀ ਫਲਾਣੀ ਚੀਜ਼ ਖਾਣ ਲਾਣੇ ਹਨ ਫਾਸਟ ਫੂਡ ਚਿਕਨ ਪਰਾਠਾ ਖਾਣੇ ਹਨ ਪਾਪੜ ਖਾਣੇ ਨੇ ਤੇ ਇਹਨਾਂ ਕੀ ਕੁੱਥੋਂ ਸਾ ਪਿਆ ਤਾਂ ਕੁੱਥੋਂ ਅੱਜ ਕੱਲ ਦਾ ਜਿਹੜਾ ਪੁਰਾਣੇ ਦੌਰ ਨਾਲ ਦਾ 100 ਸਾਲ ਨਾਲ ਆ ਤਾਂ ਜਿਹੜਾ ਅੱਜ ਕੱਲ ਨਾਲ ਯੰਗ ਹੈ 25 ਸਾਲ ਨਾਲ ਉਹ 100 ਸਾਲ ਦੇ ਮੁਕਾਬਲੇ ਵਿੱਚ ਨਾ ਕੰਮ ਕਰੀ ਸਕਣਾ ਤੇ ਨਾ ਟੂਰੀ ਸਕਣਾ ਹੈ ਯੰਗ ਜਿਹੜੀ ਜਨਰੇਸ਼ਨ ਹੈ ਇਸ ਕੀ ਥੋੜਾ ਜਿਹਾ ਦਬਾਓ ਨਾ ਜਨਾਬ ਦਾ ਇਹਨਾਂ ਨੇ ਸਾਹ ਹੀ ਵਾਹ ਸੀ ਖਲੀ ਜਾਣਿਆ ਹਾਂ ਮਈਆ ਸੁਣਾ ਸੋਇਆ ਜਰਾ ਇਸ ਅਸ਼ਨੇ ਤੇ ਨਹੀਂ ਪਰ ਚਲੋ ਕੋਸ਼ਿਸ਼ ਪੁਰਾਣੇ ਨਹੀਂ ਕਰਸਾ ਅੱਛਾ ਉਸ ਆਇਆ ਉਹ ਲੰਮੀ ਨਦੀ ਕਸ਼ਮੀਰ ਦੀਏ ਓਏ ਤਾਂ ਨਾ ਦੇ ਲੋਕੋ ਸਾਰੀ ਗੱਲ ਤਕਦੀਰ ਦੀਏ ਓਏ ਤਾਂ ਨਾ ਦਿਓ ਲੋਕੋ ਉਹ ਸੜਕੀ ਦਾ ਮੋੜਿਓ ਸੀ ਓਏ ਰੁਸ ਰੁਸ ਬੈਂਦੇ ਉਹ ਕਦੀ ਸਾਡੀ ਵੀ ਲੋੜਿਓ ਸੀ ਓਏ ਰੁਸ ਰੁਸ ਬੈਂਦੇ ਓ ਕਿਆ ਬਾਤ ਹੈ ਜਨਾਬ
ਕੁਦਰਤੀ ਤੇ ਦੇਸੀ ਮੁੱਲ ਦਾ ਤੁਸੀਂ ਦੱਸਣੇ ਦੱਸਣੇ ਆ। ਔਰ ਇਸ ਸਾਈਡ ਅਗਰ ਸਦਕੋ ਪੁਰਾਣਾ ਪਲਾਕ ਨੇ ਅੰਦਰ ਇੱਕ ਜਿਹੜਾ ਖੂਹ ਹੈ, ਔਰ ਇਸਨੇ ਅੰਦਰ ਇੱਕ ਹੋਰ ਗੱਲ ਮੈਂ ਦੱਸਣ ਲਾਂ ਕਿ ਇਸਨੇ ਅੰਦਰ ਪਾਣੀ ਹੈ ਵੈ ਦੇਸੀ ਮੁੱਲ ਪੂਰਾ ਬਿਲਕੁਲ ਪਾਣੀ ਵੀ ਜਿਹੜਾ ਨੇ ਬਿਲਕੁਲ ਤਿਕਨੇ ਤਾਜ਼ਾ ਆ। ਵਾਹ ਜੀ ਠੀਕ ਹੈ। ਇਹ ਮਿਸ਼ਕਾ ਇੱਥੇ ਕੱਢਿਆ ਨੇ ਡੇਵਲ ਜੇ ਬੰਦੇ ਨਾਲ ਪਾਣੀ ਜਿਹੜਾ ਨਾ ਪੀਣੇ ਇਸਤੇਮਾਲ ਕਰਨੇ ਪੀਣੇ ਵਾਲਾ ਹੈ ਨਹੀਂ। ਅੱਛਾ ਠੀਕ ਹੈ। ਇਸਨੇ ਸਾਫ ਸੁਥਰਾ ਪਾਣੀ ਹੈ ਦੇਖੋ ਹਾਲਾ। ਇਹ ਤਾਂ ਕੀ ਰਿਹਾ ਜਨਾਬ, ਇੱਥੇ ਹੁਣ ਡੈਮ ਆਇਆ ਸੀ ਔਰ ਇਸ ਖੂਹ ਵਾਲਾ ਪਾਣੀ ਹੈਰ ਪੀਣੇ ਦੇ ਕਾਬਲ ਤਾਂ ਕੋਈ, ਲੇਕਿਨ ਲੋਕ ਤੂੰ ਮਿਸ਼ਕਾ ਫਿਰ ਵੀ ਕੱਢਣੇ ਡੰਗਰ ਮਾਲ ਜਿਨ੍ਹਾਂ ਨੇ ਆਉਣੇ। ਸਮਝ ਗਏ ਹੋ, ਖੂਹ ਜਿਹੜਾ ਨੇ ਕਾਫੀ ਜ਼ਿਆਦਾ ਗਹਿਰਾ ਨੇ। ਉਹ ਦੇਖੋ ਇਹ ਤੱਕੋ ਹਾਲਾ, ਇਸ ਸਾਈਡ ਨਾਲ ਥ੍ਰੈਸ਼ਰ ਔਰ ਇਸ ਸਾਈਡ ਖੂਹ ਹੈ ਨਾ ਬਿਲਕੁਲ ਜਨਾਬ ਤਾਜ਼ਾ ਤਾਜ਼ਾ ਪਾਣੀ। ਕਿਆ ਹੀ ਬਾਤ ਹੈ ਜਨਾਬ, ਕਿਆ ਹੀ ਬਾਤ ਹੈ, ਬਿਲਕੁਲ ਸਾਫ ਠੰਡਾ ਠੰਡਾ ਸੀ ਨਾ, ਠੰਡਾ ਪਾਣੀ ਹੈ ਜ਼ਬਰਦਸਤ ਜ਼ਬਰਦਸਤ। ਇਹ ਤੱਕੋ ਗਾਂ ਲੱਗੀ ਵੀ ਹੈ, ਚਰਨੀ ਪਈ ਹੈ, ਹੁਣ ਲੋਕਾਂ ਡੰਗਰ ਮਾਲ ਆਪਣੇ ਖੋਲੀ ਉੜੇ ਕਣਕਾਂ ਦੀ ਤਰਫ, ਇਹ ਕਣਕਾਂ ਗਈਆਂ ਹੁਣ ਪੱਕੀ ਤਾਂ ਲੋਕਾਂ ਕੱਪੀ ਉੜੀਆਂ। ਇਸ ਸਾਈਡ ਤਾਂ ਕੀ ਰਿਹਾ ਟਰੈਕਟਰ ਆਈ ਆ ਜੀ ਤਾਂ ਪਬਲਿਕ ਤਾਂ ਕੀ ਸਕਦੀ ਹਾਂ, ਮੈਂ ਬਿਲਕੁਲ ਡੈਮਾਂ ਨੇ ਕਿਨਾਰੇ ਆ ਚੁੱਕਿਆ ਔਰ ਜਿਸ ਤਰ੍ਹਾਂ ਕਿ ਆਏ ਨੇ ਵਲੋਗ ਨੇ ਅੰਦਰ ਮਾਸ਼ਾਅੱਲਾ ਤੁਸੀਂ ਦੱਸਿਆ ਵੈ ਕਣਕਾਂ ਦੀ ਕਟਾਈ, ਉਸਨੇ ਬਾਅਦ ਕਿਆ ਸਿਸਟਮ ਹੋਣਾ, ਕਿਸ ਤਰੀਕੇ ਨਾਲ ਮਾਹੌਲ ਹੋਣਾ ਵੈ ਸਾਰਾ ਤੁਸੀਂ ਦੱਸਿਆ ਆ। ਇਸ ਸਾਈਡ ਕੋਲ ਸਦਕੇ ਸਕੋ ਬਿਲਕੁਲ ਡੈਮਾਂ ਨੇ ਕਿਨਾਰੇ ਆ ਚੁੱਕੇ ਹਾਂ ਔਰ ਜਿਸ ਤਰ੍ਹਾਂ ਕਿ ਤੁਸੀਂ ਪਤਾ ਕਿ ਡੈਮ ਕਾਫੀ ਤੇਜ਼ੀ ਨਾਲ ਚੜੀ ਰਿਹਾ ਆ ਔਰ ਇਸ ਸਾਈਡ ਕੋਲ ਸਦਕੋ ਕਿ ਰੇਤੇ ਦੇ ਲੱਗੇ ਵੇਨ ਰੇਤਾ ਵਗੈਰਾ ਇਕੱਠਾ ਕਰੀ ਭਰਨੇ ਪੈਣਗੇ ਗੇ ਔਰ ਤਕਰੀਬਨ 10 ਦਿਨਾਂ 'ਚ ਡੈਮ ਚੜੀ ਇੱਥੇ ਬਿਲਕੁਲ ਇੱਥੇ ਆ ਸੀ ਜਨਾਬ, ਕਿਉਂਕਿ ਬਾੜੀਆਂ ਦੇ 2 ਫੁੱਟ ਵੀ ਚੜਾ ਨੇ ਅੱਧੀ ਬਾੜੀ ਆ ਜਾਣੀ ਹੈ ਤਾਂ ਇਹ ਤਾਂ ਕੀ ਰਿਹਾ ਇਹ ਕੋਈ ਮਾਹੌਲ ਹੈ ਇਸ ਟਾਈਮ ਰੇਤਾ ਵਗੈਰਾ ਭਰਨੇ ਪੈਣ ਔਰ ਮੰਗਲਾ ਡੈਮ ਨਹੀਂ ਇਸ ਉੱਤੇ ਹਾਲ ਹੈ। ਸੋ ਉਮੀਦ ਕਰਨਾ ਇਹ ਜਿਹੜਾ ਵਲੋਗ ਹੈ ਸਿਰਫ ਪਸੰਦ ਆਇਆ ਉਸੀ ਜਨਾਬ ਫੁੱਲ ਅਸਾਂ ਕਵਰੇਜ ਵਗੈਰਾ ਕਦੇ ਦੱਸੀ ਹੈ ਔਰ ਮੈਂ ਉਮੀਦ ਕਰਨਾ ਇਹ ਜਿਹੜੀ ਸ਼ਾਰਟਸ ਵਗੈਰਾ ਔਰ ਬਾਕੀ ਇਹ ਵੀਡੀਓ ਹੈ ਨਾ ਇੱਕ ਯੂਨੀਕ ਟਾਈਪ ਨਹੀਂ ਤੁਸੀਂ ਲਾਜ਼ਮੀ ਪਸੰਦ ਆਈ ਉਸੀ। ਸੋ ਮਿਲਾਂਗੇ ਨੋ ਵੀਡੀਓ ਵਿੱਚ, ਆਪਣਾ ਬਹੁਤ ਸਾਰਾ ਖਿਆਲ ਰੱਖੇ, ਮਿਗੀ ਆਪਣੀ ਦੁਆਵਾਂ ਵਿੱਚ ਯਾਦ ਰੱਖੇ ਜਨਾਬ, ਅੱਲਾ ਸੋਣੇ ਵਾਲਾ।